ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਕ ਸਭਾ ਹਲਕਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਈ ਅਮਨਪ੍ਰੀਤ ਸਿੰਘ ਮਹਾਦੀਪੁਰ, ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ 328 ਪਾਵਨ ਸਰੂਪਾਂ ਦੇ ਇਨਸਾਫ ਲਈ, ਬੇਅਦਬੀ ਕਾਂਡ ਦੇ ਇਨਸਾਫ ਲਈ, ਪੰਜਾਬ ਪੰਜਾਬੀ ਪੰਜਾਬੀਅਤ ਦੇ ਭਲੇ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਆਈ ਆਵਾਜ਼, ਆਓ ਸਿਰਜੀਏ ਨਵਾਂ ਪੰਜਾਬ ਤਹਿਤ ਮੈਦਾਨੇ ਜੰਗ ਵਿੱਚ ਉਤਾਰਿਆ ਗਿਆ ਸੀ। ਅੱਜ ਉਹਨਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਵਾਸਤੇ ਇਹ ਸਾਰੀਆਂ ਸਿੱਖ ਸੰਗਤਾਂ ਨੇ ਸਿਰ ਜੋੜ ਕੇ ਸਵੇਰੇ ਆਰੰਭਤਾ ਕੀਤੀ ਸੀਗੀ। ਮਜੀਠੇ ਹਲਕੇ ਦੇ ਵਿੱਚ ਪਿੰਡ ਮਹਾਦੀਪੁਰ ਤੋਂ ਚੱਲ ਕੇ ਵੱਖ ਵੱਖ ਪਿੰਡਾਂ ਤੋਂ ਹੁੰਦੇ ਹੋਏ ਕੱਥੂ, ਨੰਗਲ, ਚਵਿੰਡਾ, ਮਜੀਠਾ 5 ਵਜੇ ਅੱਜ ਮਜੀਠੇ ਆ ਕੇ ਇਹਨਾਂ ਨੇ ਸਮਾਪਤੀ ਕੀਤੀ ਹੈ। ਤੇ ਜਿੱਥੇ ਇਹਨਾਂ ਵੀਰਾਂ ਲਈ ਅਰਦਾਸ ਕਰਦਾ ਹੈ, ਇੱਕ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਤੁਹਾਡੀ ਪਾਰਟੀ ਲਈ ਪ੍ਰਚਾਰ ਕਰਾਂਗੇ, ਪੈਸੇ ਕਿੰਨੇ ਦਿਓਗੇ, ਤੁਹਾਨੂੰ ਵੋਟਾਂ ਪਾਵਾਂਗੇ, ਸਾਨੂੰ ਕੀ ਦਿਓਗੇ। ਇਹ ਕਈ ਲੋਕ ਨੇ ਜਿਹੜੇ ਪੰਜਾਬ ਤੇ ਪੰਥ ਤੇ ਲੋਕਾਂ ਲਈ ਚੱਲੇ ਹੋਏ ਨੇ, ਕਹਿੰਦੇ ਤਨ ਕਰਕੇ ਵੀ ਸੇਵਾ ਕਰਾਂਗੇ, ਮਨ ਕਰਕੇ ਵੀ ਨਾਲ ਆ, ਤੇ ਧਨ ਕਰਕੇ ਵੀ ਅਸੀਂ ਗੁਰੂ ਪੰਥ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਨਾਲ ਖੜੇ ਆ। ਜਿਹੜੇ ਆਪਣੇ ਸਮਾਂ ਕੱਢ ਕੇ ਕੀਮਤੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੇ ਘਾਲਣਾ ਘਾਲੀ, ਤੇ ਮੈਂ ਅਰਦਾਸ ਕਰਦਾ ਇਹਨਾਂ ਸਾਰਿਆਂ ਵਾਸਤੇ, ਸਤਿਗੁਰੂ ਇਹਨਾਂ ਨੂੰ ਸਿਹਤ ਜਾਬੀਆਂ, ਆਪਸੀ ਪਿਆਰ, ਗੁਰਸਿੱਖੀ ਜੀਵਨ ਬਖਸ਼ਣਾ, ਇਹਨਾਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਦੂਸਰੇ ਪਾਸੇ ਜਿਹੜੇ ਆਜ਼ਾਦ ਬਿਰਤੀ ਦੇ ਹਲਕਾ ਮਜੀਠਾ ਦੇ ਵੋਟਰ ਨੇ, ਉਹਨਾਂ ਨੂੰ ਅਪੀਲ ਕਰਦਾ ਕਿ 1 ਜੂਨ ਨੂੰ ਚੋਣ ਨਿਸ਼ਾਨ ਵਾਜਾ, ਜਿਹੜਾ ਗੁਰੂ ਸਾਹਿਬ ਦੀ ਕਦੇ ਰਬਾਬ ਬਣ ਕੇ ਉਹ ਆਵਾਜ਼ ਵੱਜਦੀ ਹੈ, ਬਾਬਰ ਨੂੰ ਜਾਬਰ ਆਖਦੀ ਹੈ, ਤੇ ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਉਹ ਚੋਣ ਨਿਸ਼ਾਨ ਵੀ ਸਾਨੂੰ ਉਹੀ ਵਾਜਾ ਦਿੱਤਾ ਜਿਹੜੇ ਵਾਜੇ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਬੈਠ ਕੇ ਕੀਰਤਨ ਕਰਦੇ ਸਾਂ, ਮਹਾਰਾਜ ਜੀ ਨੇ ਉਹੀ ਚੋਣ ਨਿਸ਼ਾਨ ਸਾਨੂੰ ਅੱਜ ਮੁੜ ਦਿੱਤਾ ਹੈ। ਇਹੀ ਵਾਜੇ ਨੂੰ ਹੁਣ ਲੋਕ ਸਭਾ ਚ ਲੈ ਕੇ ਜਾਣਾ ਹੈ, ਤੇ 1 ਜੂਨ ਨੂੰ ਵਾਜੇ ਵਾਲਾ ਬਟਨ ਦਬਾ ਕੇ ਭਾਈ ਅਮਨਪ੍ਰੀਤ ਸਿੰਘ ਨੂੰ ਆਪਾਂ ਕਾਮਯਾਬ ਬਣਾਉਣਾ ਹੈ, ਤਾਂ ਕਿ ਜਿਹੜੀ ਆਵਾਜ਼ ਸਾਡੀ ਧਰਨਿਆਂ ਵਿੱਚ ਮੋਰਚਿਆਂ ਵਿੱਚ ਅੱਜ ਤੀਕਰ ਨਾ ਕਿਸੇ ਸਰਕਾਰ ਨੇ ਸੁਣੀ, ਨਾ ਕਿਸੇ ਪ੍ਰਸ਼ਾਸਨ ਨੇ ਸੁਣੀ, ਨਾ ਕਿਸੇ ਅਦਾਲਤ ਦੇ ਜੱਜ ਨੇ ਸੁਣੀ, ਉਹ ਆਵਾਜ਼ ਨੂੰ ਅਸੀਂ ਲੋਕ ਸਭਾ 'ਚ ਲੈ ਕੇ ਜਾਣਾ ਹੈ ਔਰ 1 ਜੂਨ ਨੂੰ ਫੈਸਲਾ ਹੋਣਾ ਹੈ। ਤੇ ਬੇਨਤੀ ਕਰਦਾ ਹੈ ਵਾਰ ਵਾਰ ਉਸ ਦਿਨ ਧਿਆਨ ਰੱਖਿਓ, 1 ਬੰਨੇ ਨਸ਼ਿਆਂ ਵਾਲੇ ਸੌਦਾਗਰ ਹੋਣਗੇ, 1 ਬੰਨੇ ਪੰਜਾਬ ਹਮਾਇਤੀ ਹੋਣਗੇ, ਇਹ ਤੁਸੀਂ ਉੱਧਰ ਫੈਸਲਾ ਕਰਨਾ ਹੈ। ਔਰ ਆਹ ਮਜੀਠਾ, ਜਦੋਂ ਮਜੀਠੇ ਹਲਕੇ ਦੀ ਗੱਲ ਆਉਂਦੀ ਹੈ ਤੇ ਨਸ਼ਿਆਂ ਤੇ ਗੱਲ ਚਲੀ ਜਾਂਦੀ ਹੈ, ਅੱਜ ਵੀ ਇੱਥੇ ਨੌਜਵਾਨ ਸਾਨੂੰ ਮਜੀਠੇ ਸ਼ਹਿਰ ਦੇ ਵਿੱਚ ਮਿਲੇ, ਉਹ ਕਹਿੰਦੇ ਜੀ ਤੁਸੀਂ 2007 'ਚ ਕਿਉਂ ਨਹੀਂ ਆਏ, ਤੁਸੀਂ 12 'ਚ ਕਿਉਂ ਨਹੀਂ ਆਏ, ਤੁਸੀਂ 17 'ਚ ਕਿਉਂ ਨਹੀਂ ਆਏ, ਅਸੀਂ ਤੁਹਾਨੂੰ ਡੀਕਦੇ ਹਾਂ, ਕਿਉਂ ਇੱਥੇ ਰੋਜ਼ ਨੌਜਵਾਨ ਨਸ਼ੇ ਨਾਲ ਮਰ ਰਿਹਾ। ਔਰ ਸੱਚੀ ਗੱਲ, ਤੁਸੀਂ ਦੁਨੀਆ ਦੇ ਭਰ ਕਿਤੇ ਚਲੇ ਜਾਓ, ਜਦੋਂ ਪੰਜਾਬ ਦੇ ਨਸ਼ਿਆਂ ਦੀ ਗੱਲ ਚੱਲੇਗੀ ਤੇ ਮਜੀਠੇ ਤੋਂ ਸ਼ੁਰੂ ਹੋਊਗੀ, ਤੇ ਅੱਜ ਅਸੀਂ ਮਜੀਠੇ ਦੀ ਧਰਤੀ ਤੇ ਖਲੋ ਕੇ ਕਹਿ ਰਹੇ ਹਾਂ ਅੱਜ ਪੰਜਾਬ 'ਚੋਂ ਨਸ਼ਾ ਬੰਦ ਕਰਨਾ ਹੈ, ਤੇ ਆਓ ਅੱਜ ਅਸੀਂ ਮਜੀਠੇ 'ਚੋਂ ਫਿਰ ਐਲਾਨ ਕਰਦੇ ਹਾਂ, ਇੱਥੋਂ ਹੀ ਐਲਾਨ ਕਰਦੇ ਹਾਂ
ਕਿ ਅਸੀਂ ਬੰਦ ਕਰਾਂਗੇ ਨਸ਼ਾ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ, ਇਹਨੂੰ ਕਰਜ਼ਾ ਮੁਕਤ ਕਰਾਂਗੇ, ਇਹਨੂੰ ਬੇਰੁਜ਼ਗਾਰੀ ਮੁਕਤ ਕਰਾਂਗੇ, ਅਸੀਂ ਬੇਅਦਬੀ ਕਾਂਡ ਦੇ ਇਨਸਾਫ਼ ਵੀ ਲਵਾਂਗੇ, ਅਸੀਂ 328 ਸਰੂਪਾਂ ਦੇ ਇਨਸਾਫ਼ ਲਵਾਂਗੇ ਜਿਹੜੇ ਕਹਿੰਦੇ ਜੀ ਮਜੀਠੇ ਚ ਨਸ਼ੇ ਦੇ ਤਸਕਰ ਰਹਿੰਦੇ ਨੇ, ਉਹੀ ਇੱਕ ਦਿਨ ਕਹਿਣਗੇ ਇੱਥੇ ਮਜੀਠੀਏ ਸਰਦਾਰ ਵੀ ਰਹਿੰਦੇ ਨੇ, ਉਹ ਤੁਸੀਂ ਕਾਇਮ ਕਰਨੇ। ਇਹਨਾਂ ਲੋਕਾਂ ਨੇ ਉਹ ਬਰਬਾਦੀ ਕਰ ਦਿੱਤੀ ਹੈ, ਅਸੀਂ ਉਹਨੂੰ ਬਹਾਲ ਕਰਨਾ ਹੈ। ਇਸ ਲਈ ਆਓ, ਇਹ ਜਿਹੜਾ ਮਜੀਠਾ ਦੁਨੀਆ ਚ ਬਦਨਾਮ ਹੋ ਚੁੱਕਾ ਨਾ, ਇਹ ਮਜੀਠੇ ਵਾਲਿਓ ਹੁਣ ਇਹਦਾ ਪਾਸਾ ਬਦਲ ਦਿਓ। ਪਹਿਲਾਂ ਅਸੀਂ ਬਦਲਾਅ ਦੀ ਗੱਲ ਕੀਤੀ, ਉਹ ਵੀ ਲੋਕ ਮੁੜ ਕੇ ਉਹਨਾਂ ਦੀਆਂ ਪੈਰਾਂ 'ਚ ਚੱਲ ਪਏ ਨੇ। ਹੁਣ ਜਿਹੜਾ ਆਮ ਆਦਮੀ ਪਾਰਟੀ ਦਾ ਬਦਲਾਅ ਲਿਆਂਦਾ ਸੀ, ਹੁਣ ਅਸੀਂ ਉਹਦਾ ਬਦਲ ਬਣ ਕੇ ਚੱਲਾਂਗੇ। ਇਹ ਸੋਚਦੇ ਨੇ ਵੀ ਕਦੇ ਕਾਂਗਰਸ ਆਈ, ਕਦੇ ਅਕਾਲੀਏ ਆ ਗਏ, ਕਦੇ ਅਕਾਲੀਏ ਆ ਗਏ ਤੇ ਕਦੇ ਕਾਂਗਰਸ ਆ ਗਈ, ਤੇ ਉਦੋਂ ਬਾਅਦ ਇੱਕ ਤੀਜੀ ਆਮ ਆਦਮੀ ਪਾਰਟੀ ਆ ਗਈ। ਇਹਨਾਂ ਦੇ ਮਨ 'ਚ ਖਿਆਲ ਇਹ ਹੈ ਕਿ ਸਾਡੇ ਤੋਂ ਬਿਨਾਂ ਇੱਥੇ ਹੋਰ ਕੌਣ ਹੈ। ਪਰ ਹੁਣ ਪੰਜਾਬ ਦੇ ਲੋਕਾਂ ਨੇ ਦੱਸਣਾ ਹੋਊ, ਅਸੀਂ ਚੌਥਾ ਬਦਲ ਤਾਂ ਤਿਆਰ ਕਰ ਲਵਾਂਗੇ, ਪਰ ਜਿਹੜੇ ਤਿੰਨ ਪਿੱਛੇ ਛੱਡੇ ਨੇ ਭੌਂਕੇ ਇਹਨਾਂ ਵੱਲ ਅਸੀਂ ਕਦੀ ਨਹੀਂ ਦੇਖਾਂਗੇ। ਇਹ ਤੁਸੀਂ ਹੁਣ ਇਹਨਾਂ ਚੋਣਾਂ ਦੇ ਵਿੱਚ ਇਸ ਗੱਲ ਦਾ ਸਬੂਤ ਦੇਣਾ ਹੈ, ਤੇ ਗੁਰੂ ਕਿਰਪਾ ਕਰੇ 1 ਤਰੀਕ ਇਹ ਜੂਨ ਜਿਹੜਾ ਚੜ੍ਹਨਾ ਹੈ। ਔਰ ਇੱਥੇ ਵੀ ਗੱਲ ਕਿ ਸਾਡੇ ਸ਼ਹੀਦੀ ਦਿਹਾੜੇ ਨੇ, ਅਕਾਲ ਤਖ਼ਤ ਸਾਹਿਬ ਤੇ ਘੱਲੂਘਾਰਾ ਵਾਪਰਦਾ, ਇਧਰੋਂ ਕਿਸਾਨੀ ਦੇ ਦਿਨ ਨੇ ਸਾਰੇ, ਉਹਨਾਂ ਦੇ ਉਹ ਆਪਣੇ ਕੰਮਾਂ ਕਾਜਾਂ ਚੋਂ ਲੋਕ ਵਿਹਲੇ ਹੋ ਕੇ ਮਸਾਂ ਨਿਕਲਦੇ ਆ ਤੇ ਅੱਗੇ ਝੋਨੇ ਦੀ ਤਿਆਰੀ ਚ ਲੱਗਦੇ ਆ। ਇਹਨਾਂ ਨੇ ਦਿਨ ਕਿੱਥੇ ਲਿਆ ਕੇ ਰੱਖੇ ਇਹ ਵੀ ਧਿਆਨ ਚ ਰੱਖਣਾ। ਪਰ 1 ਤਰੀਕ ਤੁਹਾਡੇ ਲਈ ਬਹੁਤ ਅਹਿਮਤ ਆ, ਜੇ ਮਾੜੀ ਜੀ ਵੀ ਤੁਸੀਂ ਕੁਤਾਈ ਕਰ ਗਏ ਤੇ ਚੇਤੇ ਰੱਖ ਲਿਓ, ਦੁਨੀਆਂ ਦੇ ਨਕਸ਼ੇ ਚੋਂ ਤੁਹਾਨੂੰ ਪੰਜਾਬ ਨਹੀਂ ਜੇ ਲੱਭਣਾ, ਤੇ ਹੋ ਸਕਦਾ ਇਦੋਂ ਬਾਅਦ ਇਹ ਚੋਣਾਂ ਵੀ ਬੰਦ ਕਰ ਦੇਣ। ਔਰ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਕਾਨੂੰਨ ਲਿਆ ਕੇ ਤੁਹਾਡੇ ਅੱਗੇ ਰੱਖ ਦੇਣਗੇ, ਤੁਸੀਂ ਆਪਣੇ ਘਰ 'ਚ ਲਵਾਰਸ ਤੇ ਕਿਰਾਏਦਾਰ ਬਣ ਕੇ ਰਹਿ ਜਾਓਗੇ। ਇਸ ਲਈ ਅੱਜ ਤੁਹਾਡੇ ਲਈ ਸਮਾਂ ਜਿਹੜਾ ਬਹੁਤ ਹੀ ਸੰਜੀਦਗੀ ਨਾਲ ਸੋਚ ਕੇ ਚੱਲਣ ਵਾਲਾ ਹੈ, ਤੇ ਮਜੀਠੇ ਹਲਕੇ 'ਚੋਂ ਬੇਨਤੀ ਕਰਦਾ ਹੈ, ਉਹ ਵੀ ਲੋਕ ਨੇ ਜਿਨ੍ਹਾਂ ਨੇ ਦੁਨੀਆ ਭਰ 'ਚ ਮਜੀਠੇ ਹਲਕੇ ਦੀ ਬਦਨਾਮੀ ਕਰਾਈ, ਔਰ ਤੁਸੀਂ ਲੋਕ ਜਿਨ੍ਹਾਂ ਨੇ ਉਹਨਾਂ ਲੋਕਾਂ ਨੂੰ ਨਿਹੰਗ ਸਿੰਘਾਂ ਦੇ ਬਾਟੇ ਦੀ ਤਰ੍ਹਾਂ ਮਾਂਝ ਕੇ ਲਾਂਭੇ ਕਰਨਾ ਹੈ, ਤੇ ਮਜੀਠੀਆਂ ਦੀ ਦਿੱਖ ਨੂੰ ਮੁੜ ਬਹਾਲ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।